ਗਵਰਨਰ ਸਾਹਿਬ ਨਾਲ ਲੀਡਰ ਆਫ ਆਪੋਜੀਸ਼ਨ ਸਟੇਜ ਸ਼ੇਅਰ ਕਰ ਰਿਹਾ ਜਿਹੜੇ ਬਿੱਲ ਰੋਕੀ ਬੈਠੇ ਆ ਕਿਉਂ ਨਹੀਂ ਸਵਾਲ ਰੱਖੇ ਲੋਕਾਂ ਦੇ ਜੇ ਇੱਕ ਦਿਨ ਦਾ ਸੈਸ਼ਨ ਹੈ ਤੁਸੀਂ 416 ਪ੍ਰਕਾਸ਼ ਪੁਰਬ ਦੀ ਗੱਲ 100 ਵਾਰੀ ਕਰੋ ਮਗਰ ਨਾਲ ਹੀ ਆਪ ਦਾ ਕਿਸਾਨੀ ਤੇ ਜਿਹੜੇ ਅੰਦੋਲਨ 'ਚ ਬੈਠੇ ਆ ਉਹ ਵੀ ਤਾਂ ਹੱਕ ਸੱਚ ਦੀ ਲੜਾਈ ਲੜ ਰਹੇ ਉਹ ਵੀ ਗੁਰੂ ਦੇ ਦੱਸੇ ਹੋਏ ਰਸਤੇ ਤੇ ਪਹਿਰਾ ਦੇ ਰਿਹਾ ਸ਼ਾਂਤਮਈ ਤਰੀਕੇ ਨਾਲ ਤੇ 600 ਤੋਂ ਵੱਧ ਸ਼ਹਾਦਤ ਦੇ ਗਏ ਆ ਤੇ ਜੇ ਗੱਲ ਹੀ ਗੁਰੂ ਸਾਹਿਬ ਦੀ ਹੋ ਰਹੀ ਹੈ ਤੇ ਫਿਰ ਉਸ ਕਿਸਾਨ ਦੀ ਵੀ ਗੱਲ ਹੋਣੀ ਚਾਹੀਦੀ ਜਿਸ ਨੂੰ ਖੇਤੀ ਨੂੰ ਸਭ ਤੋਂ ਉੱਤਮ ਧੰਦਾ ਗੁਰੂ ਸਾਹਿਬ ਨੇ ਦੱਸਿਆ ਸਮਤ ਬਖਸ਼ੀ ਹੈ ਸਰ ਪੀਪੀਏ ਸਰ ਚਡੂਨੀ ਦੇ ਵਿੱਚ ਸਰ ਚਡੂਨੀ ਜੀ ਨੇ ਕਿਹਾ ਯੂਪੀ ਇਲੈਕਸ਼ਨ ਦੇ ਵਿੱਚ ਕਿਸਾਨਾਂ ਨੂੰ ਇਕੱਠੇ ਹੋ ਜਾਓ ਤੇ ਯੂਪੀ ਦੇ ਵਿੱਚ ਸ਼ਿਕਸਤ ਦਿਓ ਕੀ ਤੁਸੀਂ ਸਮਝਦੇ ਹੋ ਕਿ ਯੂਪੀ ਵਿੱਚ ਕਿਸਾਨ ਇਕੱਠੇ ਹੋ ਕੇ ਕੰਮ ਕਰ ਸਕਦੇ ਹੋ ਦੇਖੋ ਦੇਸ਼ ਦੇ ਕਿਸਾਨ ਕਿੱਥੇ ਵੀ ਇਕੱਠੇ ਹੋ ਕੇ ਸਭ ਨੂੰ ਸ਼ਿਕਸਤ ਦੇ ਦੇਣਗੇ ਔਰ ਕਿਸਾਨਾਂ ਨੂੰ ਕਿਉਂਕਿ ਬੜਾ ਲੰਮਾ ਸਮਾਂ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਔਰ ਚਾਹੇ ਉਹ ਮੌਜੂਦਾ ਭਾਜਪਾ ਦੀ ਸਰਕਾਰ ਹੈ ਜਿਨ੍ਹਾਂ ਨੇ ਬਾਰ ਬਾਰ ਕਿਹਾ ਸੀਗਾ ਕਿ ਅਸੀਂ ਕਿਸਾਨਾਂ ਦੀ ਇਨਕਮ ਦੁੱਗਣੀ ਕਰ ਦਿਆਂਗੇ ਦੁੱਗਣੀ ਦਾ ਕੀ ਕਰਨੀ ਹੈ ਕਿਸਾਨਾਂ ਦੇ ਹਰ ਇਨਪੁੱਟ ਪ੍ਰਾਈਸ ਤੇ ਭਾਅ ਵਧੇ ਆ ਉਸ ਹਿਸਾਬ ਨਾਲ ਫਸਲਾਂ ਦੇ ਭਾਅ ਨਹੀਂ ਵਧੇ ਔਰ ਜਿੰਨੀ ਕਮਾਈ ਅੱਜ ਡੀਜ਼ਲ ਪੈਟਰੋਲ ਤੋਂ ਵੈਟ ਤੇ ਟੈਕਸ ਦੇ ਰੂਪ 'ਚ ਸੂਬੇ ਤੇ ਕੇਂਦਰ ਦੀ ਸਰਕਾਰ ਕਰ ਰਹੀ ਹੈ ਉਸ ਤਰੀਕੇ ਦੀ ਕਮਾਈ ਤਾਂ ਕਦੇ ਪਹਿਲਾਂ ਵੇਖਣ ਨੂੰ ਨਹੀਂ ਮਿਲੀ ਹੈ ਲੱਖਾਂ ਕਰੋੜ ਰੁਪਈਆ ਕਮਾ ਗਏ ਤੇ ਬੋਝ ਪਾਉਣ ਦੀ ਜਗ੍ਹਾ ਮਦਦ ਤਾਂ ਕੋਈ ਕਰ ਨਹੀਂ ਰਿਹਾ ਕਿਸਾਨਾਂ ਨੇ 27 ਸਤੰਬਰ ਨੂੰ ਦੇਸ਼ ਬੰਦ ਦਾ ਐਲਾਨ ਕੀਤਾ ਕੀ ਅਕਾਲੀ ਦਲ ਉਸ ਐਲਾਨ ਦਾ ਸਮਰਥਨ ਕਰਦਾ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਕਿਸਾਨੀ ਸੰਬੰਧਿਤ ਜਿੰਨੇ ਵੀ ਐਲਾਨ ਕਿਸਾਨ ਦੀ ਲੀਡਰਸ਼ਿਪ ਨੇ ਜਾਂ ਸੰਯੁਕਤ ਮੋਰਚੇ ਨੇ ਕੀਤੇ ਅਸੀਂ ਹਮੇਸ਼ਾ ਉਹਦਾ ਸਾਥ ਦਿੱਤਾ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਤਿੰਨੇ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਔਰ ਕਿਸਾਨਾਂ ਦੀ ਬੜੀ ਵਾਜਬ ਮੰਗਾਂ ਨੇ ਉਹ ਸੁਣੀਆਂ ਜਾਣੀ ਚਾਹੀਦੀ ਔਰ ਮੈਂ ਵਰੁਣ ਗਾਂਧੀ ਜੀ ਦੇ ਕੱਲ ਦੇ ਬਿਆਨ ਦਾ ਸਵਾਗਤ ਕਰਦਾ ਦੇਖੋ ਮੇਰਾ ਵੋਟਾਂ ਮੰਗਣ ਦਾ ਕਾਰਨ ਵੀ ਇਹ ਸੀ ਮੈਨੂੰ ਵੀ ਪਤਾ ਸਾਡੀ ਗਿਣਤੀ ਘੱਟ ਹੈ ਔਰ ਮੈਂ ਇਹੀ ਗੱਲ ਕਹੀ ਸੀ ਵਿਧਾਨ ਸਭਾ ਦੇ ਇਜਲਾਸ ਤੋਂ ਪਹਿਲਾਂ ਕਹੀ ਸੀ ਕਿ ਕੁਛ ਵਜ਼ੀਰਾਂ ਨੇ ਚਾਰ ਵਜ਼ੀਰਾਂ ਨੇ ਕਿਹਾ ਕਿ ਸਾਨੂੰ ਸੀਐਮ ਤੇ ਭਰੋਸਾ ਨਹੀਂ ਹੈ ਜੇ ਤੁਹਾਨੂੰ ਭਰੋਸਾ ਨਹੀਂ ਫਿਰ ਢੀਠਾਂ ਵਾਂਗੂ ਉੱਥੇ ਕਿਉਂ ਬੈਠੇ ਹੋ ਔਰ ਜੇ ਤੁਹਾਨੂੰ ਭਰੋਸਾ ਨਹੀਂ ਤੇ ਤੁਸੀਂ ਸੀਐਮ ਨੂੰ ਚਿੱਠੀ ਕਿਉਂ ਲਿਖ ਰਹੇ ਹੋ ਕਿ ਬਟਾਲੇ ਨੂੰ ਜ਼ਿਲ੍ਹਾ ਬਣਾ ਦਿੱਤਾ ਜਾਵੇ ਜੇ ਤੁਹਾਨੂੰ ਭਰੋਸਾ ਹੀ ਨਹੀਂ ਉਸ ਮੁੱਖ ਮੰਤਰੀ ਤੇ ਫਿਰ ਤੁਸੀਂ ਲੋਕਾਂ ਦੀ ਅੱਖਾਂ 'ਚ ਘੱਟਾ ਨਾ ਪਾਓ ਜਾਂ ਤੁਸੀਂ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਂਦੇ ਜਾਂ ਤੁਸੀਂ ਆਪ ਲੋਕਾਂ ਦੇ ਮੁੱਦੇ ਤੇ ਸੀਰੀਅਸ ਹੋ ਔਰ ਮੇਰਾ ਇਹੀ ਕੰਮ ਸੀ ਕਿ ਜੇ ਠੋਕੋ ਤਾਲੀ ਕਾਂਗਰਸ ਨੋ ਕੌਨਫੀਡੈਂਸ ਮੋਸ਼ਨ ਲਿਆਊਗੀ ਅਸੀਂ ਵੋਟਾਂ ਦੀ ਮੰਗ ਕੀਤੀ ਕਿ ਇਹਨਾਂ ਦਾ ਚਿਹਰਾ ਨੰਗਾ ਹੋ ਜਾਊਗਾ ਕਿ ਇਹ ਰਲ ਕੇ ਖੇਡ ਰਹੇ ਫਿਕਸਡ ਮੈਚ ਖੇਡ ਰਹੇ ਕਿ ਲੋਕਾਂ ਦੇ ਮੁੱਦੇ ਤੇ ਸੰਵੇਦਨਸ਼ੀਲ ਹੈ ਉਹ ਸਪਸ਼ਟ ਹੋ ਗਿਆ ਕਿ ਲੋਕਾਂ ਦੇ ਮੁੱਦੇ ਉਹਨਾਂ ਲਈ ਕੋਈ ਮੁੱਦੇ ਨਹੀਂ ਇਹ ਤਾਂ ਇਕੱਲਾ ਕੁਰਸੀ ਦੀ ਲੜਾਈ ਆ ਉਹ ਮੈਂ ਚਿਹਰਾ ਨੰਗਾ ਕਰਨਾ ਸੀ ਉਹਦੇ 'ਚ ਅਸੀਂ ਕਾਮਯਾਬ ਹੋਏ ਦੇਖੋ ਕੱਲ ਟੀਚਰਸ ਡੇ ਵੀ ਸੀ ਔਰ ਕੱਲ ਟੀਚਰ ਡੇ ਤੇ ਵੀ ਭਾਵੇਂ ਸਿੰਗਲਾ ਸਾਹਿਬ ਇੱਕ ਬਹੁਤ ਹਾਈ ਸਿਕਿਉਰਿਟੀ ਲਾ ਕੇ ਉਹਨਾਂ ਨੇ ਆਪਦਾ ਜਿਹੜੇ ਟੀਚਰਸ ਨੂੰ ਸਨਮਾਨਿਤ ਕੀਤਾ ਮਗਰ ਜਿਹੜੀ ਵੱਡੀ ਗਿਣਤੀ 'ਚ ਸੀ ਉਹ ਆਪਦੀ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਸੀ ਉਹ ਅਸਲੀ ਆਵਾਜ਼ ਸੀ ਕਿੱਥੇ ਸਿੰਗਲਾ ਸਾਹਿਬ ਉੱਥੇ ਜਾ ਕੇ ਗੱਲ ਸੁਣਨ ਦੀ ਹਿੰਮਤ ਰੱਖਦੇ ਤੇ ਮੈਂ ਸਮਝਦਾ ਵਾਕਈ ਸਾਡੇ ਜੋ ਗੁਰੂ ਦਾ ਰੂਪ ਹੈ ਉਹਨਾਂ ਦੀ ਗੱਲ ਸੁਣੀ ਗਈ ਹੈ ਹਾਂਜੀ ਉਹ ਤਾਂ 8 ਵਜੇ ਤੋਂ ਬਾਅਦ ਹੀ ਹੋ ਸਕਦੀ ਆਫਟਰ 8 PM ਹਾਂਜੀ ਨਹੀਂ ਮੈਂ ਤਾਂ ਦੇਖੋ ਇਹਨਾਂ ਨੇ ਤਾਂ ਇਹ ਮੰਗ ਹੀ ਕਰ ਰਿਹਾ ਸੀ ਬਣਾ ਦੇਣਾ ਸਰ ਗੁਰੂ ਕਿਰਪਾ ਕਰੋ ਮੈਨੂੰ ਤਾਂ ਮੋਟੀ ਜੀ ਗੱਲ ਹੈ ਇਹ ਜਿਹੜਾ ਬਿਹਾਈਂਡ ਦਾ ਕਰਟਨ ਹੋ ਰਿਹਾ ਨਾ ਇਹ ਮੈਂ ਤਾਂ ਉਹਦੀ ਗੱਲ ਕਰ ਰਿਹਾ ਕਿ ਜੇ ਤੁਹਾਨੂੰ ਭਰੋਸਾ ਨਹੀਂ ਮੁੱਖ ਮੰਤਰੀ ਤੇ ਫਿਰ ਤੁਸੀਂ ਮੁੱਖ ਮੰਤਰੀ ਦੇ ਨਾਲ ਕਿਉਂ ਹੋ ਦੋਵੇਂ ਕੰਮ ਨਹੀਂ ਚੱਲ ਸਕਦੇ ਜਦੋਂ ਤਾਂ ਮਲਵਿੰਦਰ ਕੰਗ ਜਿਹੜਾ ਜਨਰਲ ਸੈਕਟਰੀ ਆ ਭਾਜਪਾ ਦਾ
और साबका वो प्रधान रहा यूनिवर्सिटी विंग का और सब तो नेड़े कमल शर्मा का अपना सॉरी अश्विनी शर्मा जी का बंदा मनिया गया वो आप च जाए तो ठीक है ते जे कोई किसानी मुद्दे ते लड़ाई लड़के जिन्हू पार्टी कढ़ दे आपकी पार्टी चो साडे नाल आवे तो नहीं ठीक है इतो ही स्पष्ट हो जाता कि ढिड पीड़ हो रही है इन्हों हाजमोला उजमूला खवा देने इन्होंने को जाए तो कम ठीक है साढ़े कोई आवे तो प्रॉब्लम है ये सारे आजमोला चाहिए है ना तो और कोई ना इन्हां कोल कोई चले जाए तो बहुत चंगी गल साडे वेले कोई आ जाए साडे पार्टी वाले तो इन्हां नूं ढिड पीड़ लग जू पता भरा तुहानू देना होना कुछ ये शुक्र है दर्शन देने लग पे है पांच पांच साल दर्शन नहीं दिते उस गल की तसली है कि दर्शन तो देंगे हुण भावे लान के देन लगे देखो ये बड़ी दुखदाई गल है कि दुनिया भर च जो ये जी यादगारा ने उन्होंने प्रिजर्व किया जाता मगर इतने प्रिजर्वेशन नहीं की इतने था ब्यूटीफिकेशन ते रेनोवेशन करती है चक के बिल्कुल ही तब्दीली करती है।